ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰਿਓ, ਕਹਿੰਦੇ ਨੇ ਫੁੱਲ ਬਹੁਤ ਹੈ ਪਰ ਫੁੱਲਾਂ ਚ ਫੁੱਲ ਗੁਲਾਬ ਆਪਣੀ ਮਿਸਾਲ ਆਪ ਹੈ। ਆਕਾਸ਼ ਦੇ ਵਿੱਚ ਤਾਰੇ ਬਹੁਤ ਨੇ ਪਰ ਚੰਦ ਆਪਣੀ ਮਿਸਾਲ ਆਪ ਹੈ। ਨਦੀਆਂ ਨਾਲੇ ਦਰਿਆ ਬਹੁਤ ਨੇ ਪਰ ਸਮੁੰਦਰ ਆਪਣੀ ਮਿਸਾਲ ਆਪ ਹੈ। ਮਾਫ ਕਰਨਾ, ਰੋਸ਼ਨੀ ਕਰਨ ਦੇ ਸਾਧਨ ਬਹੁਤ ਨੇ ਪਰ ਸੂਰਜ ਆਪਣੀ ਮਿਸਾਲ ਆਪ ਹੈ। ਮਾਫ ਕਰਨਾ, ਸੰਤ ਭੰਗਤ ਸਾਧੂ ਜਨ ਗੁਰੂ ਪੀਰ ਔਲੀਏ ਪੈਗੰਬਰ ਸਭ ਸਤਿਕਾਰ ਯੋਗ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਮਿਸਾਲ ਆਪ ਹੈ। ਕਿਉਂ ਭਾਈ? ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਭਾਈ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, 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 ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਵਾਹਿਗੁਰੂ। ਕਿਸੇ ਨੇ ਲਿਖਿਆ, ਵਾਹ ਵਾਹ ਕਲਗੀਆਂ ਵਾਲਿਆ ਤੂੰ ਜੋਤ ਅਗੰਮੀ। ਇੱਕ ਅਗੰਮੀ ਜੋਤ ਦੇ ਮਾਲਕ ਸਨ ਮੇਰੇ ਬਾਜਾਂ ਵਾਲੇ ਪ੍ਰੀਤਮ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ। ਕਿਵੇਂ ਪਟਨੇ ਦੀ ਧਰਤੀ ਤੇ ਅਵਤਾਰ, ਉਸ ਤੋਂ ਪਹਿਲਾਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਕਈ ਯੁੱਗ ਤਪ, ਅਨੰਦਪੁਰ ਆਉਣਾ ਅਨੰਦਪੁਰ ਵਸਾਉਣਾ, ਖਾਲਸਾ ਸਜਾਉਣਾ ਸਾਜ ਕੇ ਨਿਵਾਜਣਾ, ਸਰਸਾ ਦਾ ਕਿਨਾਰਾ ਚਮਕੌਰ ਦੀ ਗੜੀ ਸਰਹੰਦ ਦੀਆਂ ਨੀਹਾਂ, ਮਾਛੀਵਾੜੇ ਦੇ ਜੰਗਲ, ਮਾਫ ਕਰਨਾ ਮੁਕਤਸਰ ਸਾਹਿਬ ਦੀ ਖਿਦਰਾਣੇ ਦੀ ਢਾਬ, ਆਪਣੇ ਸਿੱਖਾਂ ਨੂੰ ਨਿਵਾਜਣਾ। ਇਹ ਮੇਰਾ 5,000, ਇਹ 10,000, ਇਹ 20,000, ਚਲਦੇ ਚਲਦੇ ਦਮਦਮਾ ਸਾਹਿਬ ਪਹੁੰਚਣਾ, 9 ਮਹੀਨੇ 9 ਦਿਨ 9 ਘੜੀਆਂ 9 ਪਲ ਦਾ ਸਮਾਂ। ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ, ਭਾਈ ਮਣੀ ਸਿੰਘ ਜੀ ਹੈੱਡ ਲਿਖਾਰੀ, ਤੇ ਕੰਠ ਤੋਂ ਗੁਰਬਾਣੀ ਦਾ ਉਚਾਰਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 48 ਸਿੰਘਾਂ ਨੂੰ ਅਰਥ ਪੜਾਉਣੇ, ਇੱਥੋਂ ਚੱਲ ਕੇ ਗੋਦਾਵਰੀ ਤੇ ਪਹੁੰਚਣਾ, ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਣਾ ਕੇ ਖੰਡੇ ਦੀ ਪੌਲ ਦੇ ਕੇ ਤੋਰਨਾ, ਤੇ ਜਾਂਦੇ ਜਾਂਦੇ ਇਹ ਬਚਨ ਕਰਕੇ ਜਾਣਾ, ਭਾਈ ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਕੀ ਹੁਕਮ ਹੈ ਭਾਈ? ਗੁਰੂ ਮਾਨਿਓ ਗ੍ਰੰਥ, ਸਤਿਕਾਰ ਸਭ ਦਾ ਕਰਨਾ, ਪਰ ਜੇ ਗੁਰੂ ਦੀ ਗੱਲ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ।
ਤੇ ਨਾਲੇ ਇਹ ਵੀ ਦੱਸ ਦਿੱਤਾ ਮੰਨਣਾ ਕਿਵੇਂ ਆ ਗੁਰੂ ਗ੍ਰੰਥ ਜੀ ਮਾਨੇ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਤੇ ਉਹ ਸ਼ਬਦ ਵਿੱਚੋਂ ਕਿਵੇਂ ਖੋਜਿਆ ਜਾਣਾ ਉਹ ਬਖਸ਼ਿਸ਼ ਉਹ ਕਿਰਪਾ ਹੁੰਦੀ ਹੈ ਸਤ ਸੰਗਤ ਵਿੱਚ ਆ ਕੇ ਜਿਵੇਂ ਤੁਸੀਂ ਸਾਰੇ ਆਨੰਦ ਮਾਣ ਰਹੇ ਹੋ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਵਾਹ ਵਾਹ ਕਲਗੀਆਂ ਵਾਲਿਆ ਤੂੰ ਜੋਤ ਅਗੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਪਿਆਰਿਓ ਸਿੱਖੀ ਦਾ ਮਹਿਲ ਉਸਾਰਨ ਵਾਸਤੇ ਮੇਰੇ ਬਾਜਾਂ ਵਾਲੇ ਨੇ ਆਪਣੇ ਪੁੱਤਰਾਂ ਦੇ ਸੀਸ ਲਾ ਦਿੱਤੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਓ ਮਾਂ ਅਜੇ ਨਾ ਜੰਮੀ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਾ ਕੋਈ ਸੀ ਨਾ ਕੋਈ ਹੋ ਸਕਦਾ ਕਿਉਂ ਮਾਤਾ ਗੁਜਰ ਕੌਰ ਵਰਗੀ ਮਾਂ ਹੋਵੇਗੀ ਤੇ ਬਾਜਾਂ ਵਾਲਾ ਆਏਗਾ ਨਾ 26-27 ਸਾਲ ਬਾਬੇ ਬਕਾਲੇ ਦੀ ਧਰਤੀ ਤੇ ਘੋਰ ਤਪ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਲਿਖਦੇ ਨੇ ਕਿ ਤਾਤ ਮਾਤ ਮੋਏ ਅਰਖ ਅਲਾਦਾ ਬਹੁਵਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਪਿਆਰਿਓ ਤੇ ਅੱਜ ਕੱਲ ਜੈਸਾ ਮਾਤਾ ਪਿਤਾ ਦਾ ਜੀਵਨ ਹੋਵੇਗਾ ਵੈਸੇ ਹੀ ਬੱਚੇ ਪਿਤਾ ਪੇ ਪੂਤ ਨਸਲ ਪੇ ਜ਼ਿਆਦਾ ਨੀ ਤੇ ਥੋੜਾ ਥੋੜਾ ਅੱਜ ਕਵਿਸ਼ਰੀ ਜਥਾ ਦਾਸ ਤੋਂ ਪਹਿਲਾਂ ਭਾਈ ਬਲਕਰਨ ਸਿੰਘ ਪਿਛਲੇ ਸਾਲ ਵੀ ਉਸ ਤੋਂ ਪਹਿਲਾਂ ਵੀ ਹੁਣ ਵੀ ਇਹ ਪਿਆਰਿਓ ਐਵੇਂ ਨੀ ਐਸੇ ਗੁਰਮੁਖ ਪਿਆਰੇ ਤੇ ਐਸੀਆਂ ਬੜਕਾਂ ਐਸਾ ਜਜ਼ਬਾ ਐਸਾ ਜੋਸ਼ ਸਾਡੇ ਬੱਚਿਆਂ ਵਿੱਚ ਨਹੀਂ ਆ ਸਕਦਾ ਕਿਉਂ ਉਹਨਾਂ ਨੂੰ ਤੇ ਪੱਬਜੀ ਨਹੀਂ ਛੱਡਦੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਡੇ ਬੱਚੇ ਕਦੇ ਯੂਟਿਊਬ ਚੋਂ ਨਿਕਲਦੇ ਨੇ ਫੇਸਬੁੱਕ ਚ ਵਰ ਜਾਣਾ ਫੇਸਬੁੱਕ ਨਿਕਲੇ ਵਟਸਐਪ ਤੇ ਹੋਰ ਪਤਾ ਨਹੀਂ ਲੱਲਾ ਪੱਬਾ ਕਿਵੇਂ ਨਾ ਅੱਜ ਮਾਤਾ ਪਿਤਾ ਜੁੜੇ ਨੇ ਤੇ ਬੱਚਿਆਂ ਦੀ ਕਾਹਦੀ ਆਸ ਹੈ ਪਰ ਇਹ ਪਿਆਰਿਓ ਮਾਤਾ ਪਿਤਾ ਦਾ ਤੇ ਗੱਲ ਚੱਲ ਰਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਮਾਂ ਆਪਾਂ ਥੋੜ੍ਹਾ ਹੀ ਲਾਉਣਾ ਹੈ ਥੋੜ੍ਹੇ 'ਚੋਂ ਆਪਾਂ ਜ਼ਿਆਦਾ ਲਾਹਾ ਲੈ ਜਾਣਾ ਉਹ ਕਿਵੇਂ ਭਾਈ ਪੜਿਓ ਪਿਆਰ ਦੇ ਨਾਲ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੇ ਢਾਲ ਜੀ ਸਾਰੀ ਰਾਤ ਪੈਰਾ ਦੇਵੇ ਆਪ ਚੌਂਕੀਦਾਰ ਹੋ ਕੇ ਸਾਰੀ ਰਾਤ ਪੈਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ ਵਾਰ ਪਰਵਾਰ ਦੇਵੇ ਬੱਚਿਆਂ ਸਮੇਤ ਸਾਰਾ ਵਾਰ ਪਰਵਾਰ ਦੇਵੇ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ ਐਸੇ ਸਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਵਾਰਤਾ ਢਾਡੀ ਸਿੰਘ ਸੁਣਾ ਰਹੇ ਸਨ 10-15 ਮਿੰਟ ਹੋਰ ਬੜੇ ਪਿਆਰ ਦੇ ਨਾਲ ਪਿਆਰਿਓ ਸਿੱਖ ਨੂੰ ਕਦੇ ਆਪਣੇ ਆਪ ਤੇ ਮਾਣ ਨਹੀਂ ਕਰਨਾ ਚਾਹੀਦਾ ਪਰ ਆਪਣੇ ਗੁਰੂ ਤੇ ਪੂਰਾ ਮਾਣ ਹੋਣਾ ਚਾਹੀਦਾ
मान करो तुद उपरे ओ मेरे प्रीतम प्यारे ओ मेरे प्रीतमा मेनू अपने ते नहीं तेरे ते पूरा मान है। क्यों मान है भाई? क्योंकि मैं दस्यो मार्ग संतो क्यों प्रभु मिलाई मैं चारे कुंडा पालिया दुध जे वडना साईया प्यारो झात मार के देखिए चार छपेरे ऐसा गुरु ऐसे गुरु दे असी बचे। धन गुरु गोबिंद सिंह साहब जी महाराज जिन्हां दी बाबत बड़ा प्यारा बचन आउंदा है पढ़ियो प्यार दे नाल। सिख नूं अपने ते कदे मान नहीं करना किसे भी गल दा पर अपने गुरु ते पूरा। वह बच्चा ही कादा जिन्हों अपने बाप ते मान ना होवे प्यारियो। कलगी तर दशमेश पिता जिया दुनिया विच कोई होया ना चार पुत्र ओना वतना तुम्हारी एक विलाल लगोया कल की तार दशमेश पिता जिया दुनिया विच अवतार भी आए दाते ते बलकार भी आए दुनिया विच अवतार भी आए दाते ते बलकार भी आए धर्म करम दा बीज किसे सतगुर बाजो होया ना चार पुत्र ओना वतना तुवारी एक मिलाल कोया ना कल की तर दशमेश पिता जिया देखे बड़े दिलावर मैं दिला वाले ऐ पर डिठा परख के कुल संसार दा दिल देखे दिल कई संत महात्मा दे वली गौस ते पीर अवतार दा दिल देखे दिल कई पीर पैगंबरां दे महारथी ते बली बलकार दा दिल ऐ पर दिला चो दिल कहाउण वाला मैं देखिया कलगी तार दा दिल। प्यारियो साहब ज्यादा बाबा जी सिंह शहीद होए ने ते बाबा जोरावर सिंह लगे पिता जी भैया से बिछड़ कर हमें जीना नहीं आता खाना नहीं सोना नहीं पीना नहीं आता ते महाराज स्तोर दी नहीं। दया सिंह कहिंदे महाराज छोटियां दा पता नहीं वड्डे पहला शहीद हो गए ने एक पुत रख लो क्यों पुत्तां नाल दुनिया ते निशान रहिंदा है। ते गुरु गोबिंद सिंह साहब कहिंदे ना भाई कल नूं कोई ये ना कवे के गोबिंद सिंह ने अपने पुत्र रख ले ते दूसरियां दे पुत शहीद करवा दिते गज के आखो सतनाम वाहेगुरु। इन्ना प्यार भी कोई कर सकदा है? माफ करियो बच्चा गोद ओ लैंदा जिहदे अपने घर बच्चा ना होवे। बाजां वाले दे चार सन अपने वार के सानू गोद लिया जिहड़े गुरु दी गोद च बैठे आ। दमदमा साहब की धरती दिल्ली तो आईया मतावा माता साहब कौर माता सुंदर कौर भाई मनी सिंह नाल पुछे आ पातशाह सब संगत दिसदी है साडे लाल नजर नहीं आउंदे ते महाराज ने साडे वाल इशारा कीता सी साडे वाल साडे वाल जिहड़े अज कहिंदे आ बाबा जी साडा बाणी पढ़न नूं मन नहीं करदा बाबा जी साडा केस रखण नूं मन नहीं करदा बाबा जी साडा गुरुद्वारे आउण नूं मन नहीं करदा बाबा जी साडा अमृत छकण नूं मन नहीं करदा। मन होया के की होया ओ भलिया
ਬਾਜਾ ਵਾਲੇ ਨੇ ਤੇਰੇ ਵੱਲ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਕਹਿ ਲੱਗੇ ਉਹ ਤੇ ਚਲੇ ਗਏ ਲਾਗੇ ਲੇਖੇ ਹੁਣ ਤੁਸੀਂ ਚਿੰਤਾ ਨਾ ਕਰੋ ਤੇ ਚਾਰ ਸੀ ਅੱਜ ਤੋਂ ਹਜ਼ਾਰਾਂ ਹੀ ਨੇ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਮੱਛੀਵਾੜੇ ਸੂਲਾ ਤੇ ਡੇਰਾ ਯਾਰੜੇ ਦਾ ਸਾਨੂੰ ਸਥਰ ਚੰਗੇਰਾ ਮੱਛੀਵਾੜੇ ਸੂਲਾ ਤੇ ਡੇਰਾ ਯਾਰੜੇ ਦਾ ਸਾਨੂੰ ਸਥਰ ਚੰਗੇਰਾ ਯਾਦ ਕਿਸੇ ਦੀ ਅੰਦਰ ਤਾਈ ਪਲਕਾਂ ਦਾ ਦਰ ਢੋਇਆ ਨਾ ਚਾਰ ਪੁੱਤਰਿਓਨਾ ਧਰਮ ਤੁਵਾਰੀ ਇੱਕ ਵਿਲਾਲ ਕੋਇਆ ਨਾ ਕਲਗੀ ਤਰ ਦਸ਼ਮੇਸ਼ ਪਿਤਾ ਜਿਆ ਉਹਨਾਂ ਵਰਗਾ ਨਹੀਂ ਕੋਈ ਪਿਆਰਿਓ ਆਓ ਉਹਨਾਂ ਦੀ ਕਿਰਪਾ ਆਪ ਸੰਗਤਾਂ ਦਾ ਸਹਿਯੋਗ ਔਰ ਮਹਾਂਪੁਰਖਾਂ ਦਾ ਉਦਮ 11 ਸਾਲ ਤੋਂ ਲਗਾਤਾਰ ਸਲਾਨਾ ਸਮਾਗਮ 5 ਰੋਜ਼ਾ ਗੁਰਮਤਿ ਸਮਾਗਮ ਤੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਤੁਸੀਂ ਵੀ ਦੇਖ ਰਹੇ ਹੋ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਜਿਵੇਂ ਦਾਸ ਤੋਂ ਪਹਿਲਾਂ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਅਲਹੌਰਾ ਸਾਹਿਬ ਵਾਲੇ ਥੋੜ੍ਹੇ ਸ਼ਬਦਾਂ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੇ ਸਭ ਕੁਛ ਹੀ ਕਹਿ ਦਿੱਤਾ ਸਾਰੇ ਪੱਖ ਉਹਨਾਂ ਨੇ ਸਾਡੇ ਅੱਗੇ ਰੱਖ ਦਿੱਤੇ ਅੱਜ ਦੇ ਹਾਲਾਤ ਵੀ ਔਰ ਜੋ ਮਹਾਂਪੁਰਖ ਪਰ ਉਪਕਾਰ ਕਰ ਰਹੇ ਨੇ ਉਹਨਾਂ ਨੇ ਐਂ ਬੜੇ ਪ੍ਰੇਮ ਦੇ ਨਾਲ ਅਤੇ ਪਿਆਰਿਓ ਇਹ ਜਿਹੜਾ ਮਹਾਂਪੁਰਖਾਂ ਦਾ ਜੀਵਨ ਹੁੰਦਾ ਹੈ ਨਾ ਇਹ ਪ੍ਰੇਰਨਾਦਾਇਕ ਹੁੰਦਾ ਹੈ ਜਿਵੇਂ ਸਕੂਲ ਦੇ ਵਿੱਚ ਟੀਚਰ ਅੱਗੇ ਅੱਗੇ ਅਤੇ ਬੱਚੇ ਪਿੱਛੇ ਪਿੱਛੇ ਅਤੇ ਜਿਹੜੇ ਬੱਚੇ ਫਿਰ ਲਾਇਕ ਹੁੰਦੇ ਨੇ ਉਹ ਫਿਰ ਧਿਆਨ ਜਿਹੜੇ ਦਿੰਦੇ ਨੇ ਉਹ ਖੁਦ ਕਈ ਵਾਰ ਟੀਚਰ ਬਣ ਜਾਂਦੇ ਨੇ ਇਹ ਮਹਾਂਪੁਰਖ ਜਿਹੜੇ ਆਉਂਦੇ ਨੇ ਸੰਸਾਰ 'ਤੇ ਬਾਣੀ ਦਾ ਬਚਨ ਆ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਕੋਈ ਕੁਛ ਵੀ ਕਹਿੰਦਾ ਪਰ ਕੋਈ ਸੰਤ ਨਹੀਂ ਕੋਈ ਸਾਧੂ ਨਹੀਂ ਕੋਈ ਮਹਾਤਮਾ ਨਹੀਂ ਪਰ ਬਾਣੀ ਨੂੰ ਕਿਵੇਂ ਜੁਟਲਾ ਦੇਵਾਂਗੇ ਬਾਣੀ ਬਚਨ ਕਰਦੀ ਹੈ ਸੇਵਾ ਨੂੰ ਦੋ ਹੀ ਭਲੇ ਨੇ ਇੱਕ ਮਹਾਰਾਜ ਕਹਿੰਦਾ ਚਲੋ ਫਿਰ ਜਿਵੇਂ ਤੁਹਾਡੀ ਮਰਜ਼ੀ ਹੈ ਕਿਉਂਕਿ ਸਿਆਣਾ ਇੱਕ ਵਾਰ ਦੋ ਵਾਰ ਤਿੰਨ ਵਾਰ ਕਹਿੰਦਾ ਜਦੋਂ ਬੱਚਾ ਨਾ ਮੰਨੇ ਤਾਂ ਕਈ ਵਾਰ ਮਾਂ ਬਾਪ ਕਹਿੰਦੇ ਚੱਲ ਫਿਰ ਬੱਚਾ ਕਰ ਲੈ ਮਰਜ਼ੀ ਦੇਖ ਲੈ ਫਿਰ ਉਹ ਵੀ ਨਜ਼ਾਰਾ ਅਗਲਾ ਦਿਨ ਹੋਇਆ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ ਨੇ ਕੀਰਤਨ ਸ਼ੁਰੂ ਕਰ ਦਿੱਤਾ ਸੰਗਤਾਂ ਨਹੀਂ ਪਹੁੰਚੀਆਂ ਪਰ ਕੁਦਰਤੀ ਉਸ ਦਿਨ ਸੰਗਤਾਂ ਬਹੁਤ ਘੱਟ ਆਈਆਂ ਚੜਾਵਾ ਵੀ ਬੜਾ ਥੋੜ੍ਹਾ ਹੋਇਆ ਸਮਾਪਤੀ ਦਾ ਟਾਈਮ ਹੋ ਗਿਆ ਅਤੇ ਸਮਾਪਤੀ ਵੀ ਨਾ ਕਰਨ ਸੱਤਾ ਅਤੇ ਬਲਵੰਡਾ ਚੜਾਵਾ ਥੋੜ੍ਹਾ ਅਤੇ ਮਨ ਡੋਲ ਗਿਆ ਕਹਿਣ ਲੱਗੇ ਗੁਰੂ ਸਾਹਿਬਾਂ ਨੇ ਸੰਗਤਾਂ ਨੂੰ ਕਹਿ ਦਿੱਤਾ ਹੋਣਾ ਤਾਂ ਹੀ ਸੰਗਤਾਂ ਘੱਟ ਆਈਆਂ ਅਗਲਾ ਦਿਨ ਹੋਇਆ ਸੰਗਤਾਂ ਪਹੁੰਚ ਗਈਆਂ ਸੱਤਾ ਬਲਵੰਡਾ ਪਹੁੰਚੇ ਹੀ ਨਹੀਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਪਹੁੰਚ ਗਏ ਪੁੱਛਿਆ ਬਈ ਆਏ ਨਹੀਂ ਗੁਰੂ ਕੇ ਕੀਰਤਨੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਭਾਈ ਗੁਰੂ ਸਾਹਿਬ ਗਏ ਨਹੀਂ ਆਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਲੈਣ ਵਾਸਤੇ ਪਹੁੰਚ ਗਏ ਨੇ ਸੱਤੇ ਬਲਵੰਡੇ ਦੇ ਘਰ ਇੰਨੇ ਹੰਕਾਰੇ ਮੰਜੀ 'ਤੇ ਬੈਠੇ ਨੇ ਪਾਤਸ਼ਾਹ ਦਰਵਾਜ਼ੇ 'ਚ ਖੜ੍ਹੇ ਨੇ ਇਹ ਵੀ ਨਹੀਂ ਕਿਹਾ ਪਾਤਸ਼ਾਹ ਤੁਸੀਂ ਬੈਠੋ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਨਾ ਫਿਰ ਬੰਦੇ ਨੂੰ ਨਾ ਗੁਰੂ ਨਜ਼ਰ ਆਉਂਦਾ ਨਾ ਰੱਬ ਨਜ਼ਰ ਆਉਂਦਾ ਫਿਰ ਕਈ ਵਾਰ ਬੰਦਾ ਉਸੇ ਗੁਰੂ 'ਤੇ ਉਂਗਲ ਕਰਦਾ ਕਈ ਵਾਰ ਹੰਕਾਰ ਦੇ ਵਿੱਚ ਬੰਦਾ ਐਸੇ ਸ਼ਬਦ ਵੀ ਬੋਲ ਜਾਂਦਾ ਉਹਨੂੰ ਖੁਦ ਨਹੀਂ ਪਤਾ ਹੁੰਦਾ ਕਿ ਮੈਂ ਕੀ ਬੋਲ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਚਲੋ ਭਾਈ ਕੀਰਤਨ ਦਾ ਟਾਈਮ ਹੈ ਸੰਗਤਾਂ ਉਡੀਕਦੀਆਂ ਨੇ ਕਹਿਣ ਲੱਗੇ ਅਸੀਂ ਨਹੀਂ ਆਉਣਾ ਅਸੀਂ ਕੀਰਤਨ ਕਰਦੇ ਹਾਂ ਤਾਂ ਸੰਗਤਾਂ ਜੁੜਦੀਆਂ ਨੇ ਚੜਾਵੇ ਚੜ੍ਹਦੇ ਨੇ ਤੁਹਾਨੂੰ ਮੱਥੇ ਟੇਕਦੇ ਨੇ ਪੂਜਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਚਲੋ ਵੀ ਤੁਹਾਡੇ ਕਰਕੇ ਸਹੀ ਨਿਮਰਤਾ ਇੱਥੇ ਨਹੀਂ ਰੁਕੇ ਕਹਿਣ ਲੱਗੇ ਤੁਹਾਡੇ ਬਾਬੇ ਨਾਨਕ ਨੂੰ ਵੀ ਕਿਸੇ ਨੇ ਨਹੀਂ ਸੀ ਪੁੱਛਣਾ ਜੇ ਸਾਡਾ ਮਰਦਾਨਾ ਨਾ ਹੁੰਦਾ ਇੰਨਾ ਹੰਕਾਰ
ਤੇ ਫੇਰ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰ ਕੀ ਨਿੰਦਾ ਸੁਣੇ ਨਾ ਭੇਟ ਕਿਉਂ ਹੋ ਸੰਗ ਕਿਰਪਾਨ। ਪਾਤਸ਼ਾਹ ਕਹਿਣ ਲੱਗਿਆ ਤੁਸੀਂ ਪਿਟੇਗੇ, ਮਾਫ ਕਰਨਾ, ਦੁੱਧ ਦਾ ਉਦੋਂ ਤੱਕ ਹੀ ਕੁਛ ਬਣ ਸਕਦਾ ਜਦੋਂ ਤੱਕ ਫਿੱਟੇ ਨਾ, ਜਦੋਂ ਦੁੱਧ ਫਿੱਟ ਜਾਵੇ ਫੇਰ ਨਹੀਂ ਕੁਛ ਬਣਦਾ। ਹੁਣ ਕਈ ਕਹਿਣਗੇ ਜੀ ਪਨੀਰ ਬਣ ਜਾਂਦਾ ਹੈ ਹੋਰ ਕੁਝ ਨਹੀਂ ਬਣਦਾ, ਬਸ ਪਨੀਰ ਹੀ ਬਣਦਾ ਉਹਦੇ ਵਿੱਚ ਫਿਰ ਹੋਰ ਨਹੀਂ ਕੁਝ ਨਿਕਲਦੇ। ਜੇ ਫਿੱਟੇ ਨਾ ਤੇ ਉਹਦੋਂ 36 ਪ੍ਰਕਾਰ ਦੇ ਪਦਾਰਥ ਨਿਕਲਣਗੇ, ਜੇ ਫਿੱਟ ਜਾਵੇ ਤੇ ਇਕੱਲਾ ਪਨੀਰ ਹੀ ਬਣਦਾ। ਸੋਚਣ ਵਾਲੀ ਵਿਚਾਰ ਹੈ। ਚਲੋ ਮਹਾਰਾਜ ਕਹਿਣ ਲੱਗੇ ਤੁਸੀਂ ਫਿੱਟੇਗੇ ਭਿੱਟਗੇ। ਪਹੁੰਚ ਗਏ ਮਹਾਰਾਜ, ਸੰਗਤਾਂ ਜੁੜੀਆਂ ਨੇ, ਪਾਤਸ਼ਾਹ ਆਏ ਨਹੀਂ। ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਲੋੜ ਹੀ ਨਹੀਂ, ਤੁਸੀਂ ਸਾਜ਼ ਚੱਕੋ ਕਰੋ, ਮਹਾਰਾਜ ਸਾਨੂੰ ਕੀਰਤਨ ਆਉਂਦਾ ਹੀ ਨਹੀਂ। ਉਹ ਪਾਤਸ਼ਾਹ ਕਹਿਣ ਲੱਗੇ ਤੁਸੀਂ ਸ਼ੁਰੂ ਕਰੋ, ਬਸ ਸ਼ੁਰੂ ਕਰੋ। ਸੰਗਤਾਂ ਨੇ ਸਾਜ਼ ਫੜ ਲਏ, ਜਿਨ੍ਹਾਂ ਨੂੰ ਪਿਆਰਿਓ ਅੰਦਰ ਜਦੋਂ ਭਾਵਨਾ ਅੰਦਰ ਪ੍ਰੇਮ ਹੋਵੇ ਨਾ ਫਿਰ ਬਾਹਰ ਦੇ ਰਾਗ ਬਾਹਰ ਦੀਆਂ ਸੁਰਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਕਹਿੰਦੇ ਨੇ ਜਦੋਂ ਸੰਗਤਾਂ ਨੇ ਕੀਰਤਨ ਕੀਤਾ ਇੰਨਾ ਆਨੰਦ ਬਣਿਆ, ਅੰਮ੍ਰਿਤ ਦੀ ਵਰਖਾ ਹੋ ਗਈ ਤੇ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, 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 ਗੁਰਬਾਣੀ ਗੁਰਬਾਣੀ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗਾਵੇ ਭਾਈ, 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 ਉਹ ਸਫਲ ਸਦਾ ਸੁਖਦਾਈ, ਉਹ ਸਫਲ ਸਦਾ ਸੁਖਦਾਈ, ਉਹ ਸਫਲ ਸਦਾ ਸੁਖਦਾਈ, ਉਹ ਸਫਲ ਸਦਾ ਸੁਖਦਾਈ, ਸੁਖਦਾਈ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਭਾਈ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਪਾਤਸ਼ਾਹ ਕਹਿਣ ਲੱਗੇ ਤੁਸੀਂ ਬਾਣੀ ਗਾਓ, ਫਿਰ ਉਸ ਤੋਂ ਸੰਗਤਾਂ ਦੀ ਝੋਲੀ 'ਚ ਕੀਰਤਨ ਦੀ, ਪਹਿਲਾਂ ਸੰਗਤਾਂ ਕੀਰਤਨ ਨਹੀਂ ਸੀ ਕਰਦੀਆਂ, ਰਾਗੀ ਕੀਰਤਨ ਕਰਦੇ ਸਨ, ਇਹ ਸੰਗਤਾਂ ਦੀ ਝੋਲੀ 'ਚ ਮਹਾਰਾਜ ਨੇ ਕਿਰਪਾ। ਫਿਰ ਸੱਤਾਂ 'ਤੇ ਬਲਵੰਡਾ ਸਾਰਾ ਕੁਛ ਹੀ ਚਲਾ ਗਿਆ, ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਪਹੁੰਚ ਗਏ। ਪਿਆਰਿਓ ਗੁਰੂ ਦਾ ਬਚਨ ਕਹਿੰਦੇ ਨੇ ਇੰਨਾ ਕੋਈ ਮੂੰਹ ਨਾ ਲਾਵੇ, ਕੋਈ ਜਦੋਂ ਤੁਰੇ ਆਉਣ ਸੱਤਾ ਤੇ ਬਲਵੰਡਾ ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਣ, ਜਿਹੜੇ ਪਹਿਲਾਂ ਕਹਿੰਦੇ ਸੀ ਸਾਡੇ ਬੱਚਿਆਂ ਦੇ ਸਿਰ ਤੇ ਹੱਥ ਰੱਖੋ, ਅੱਜ ਦਰਵਾਜ਼ੇ ਬੰਦ, ਸੋਚਦੇ ਨੇ ਵੀ ਇਹ ਕਿਵੇਂ ਹੋ ਗਿਆ। ਫਿਰ ਕਿਸੇ ਨੇ ਦੱਸਿਆ ਬਈ ਤੁਸੀਂ ਗੁਰੂ ਸਾਹਿਬਾਂ ਨੂੰ ਤੁਸੀਂ ਹੰਕਾਰ ਵਿੱਚ ਆ ਗਏ ਸੀ, ਮਾਣ ਵਿੱਚ। ਫਿਰ ਕਹਿੰਦੇ ਨੇ ਇੰਨਾ ਸਰੀਰ ਤੇ ਕੋਹੜ ਹੋ ਗਿਆ, ਕੋਹੜ ਦਾ ਰੋਗ। ਹੁਣ ਆਪਾਂ 5 ਮਿੰਟ 'ਚ ਸਮਾਪਤੀ ਕਰਨੀ ਹੈ, ਮੈਂ ਬੇਨਤੀ ਕਰਨੀ ਹੈ ਪਰ ਉਪਕਾਰ। ਜਦੋਂ ਕੋਹੜ ਹੋਇਆ ਫਿਰ ਪਛਤਾਉਂਦੇ ਨੇ, ਪਰ ਸਿਆਣੇ ਕਹਿੰਦੇ ਨੇ ਅਬ ਪਛਤਾਏ ਕਿਆ ਜਬ ਚਿੜੀਆਂ ਚੁਗ ਗਈ ਖੇਤ। ਫਿਰ ਕਹਿੰਦੇ ਨੇ ਲਾਹੌਰ ਦੇ ਵਿੱਚ ਰਹਿਣ ਵਾਲੇ ਭਾਈ ਲੱਦਾ ਜੀ ਪਰ ਉਪਕਾਰੀ ਸਾਧੂ ਸੰਤ ਮਹਾਤਮਾ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਫਿਰ ਭਾਈ ਲੱਦਾ ਜੀ ਨੇ ਬਖਸ਼ਾਇਆ ਸੀ, ਗੱਜ ਕਿਹਾ ਕੋ ਸਤਨਾਮ ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਸੀ ਇਹਨਾਂ ਨੂੰ ਬਖਸ਼ਣਾ ਨਹੀਂ, ਜਿਹੜਾ ਬਖਸ਼ਾਏਗਾ ਉਹਦਾ ਮੂੰਹ ਕਾਲਾ ਕਰਾਂਗੇ, ਉਹਨੂੰ ਗੱਦੇ ਤੇ ਬਿਠਾਵਾਂਗੇ। ਤੇ ਵੇਖੋ ਪਰ ਉਪਕਾਰ ਕਿੱਡੀ ਵੱਡੀ ਚੀਜ਼ ਹੁੰਦੀ ਹੈ। ਭਾਈ ਲੱਦਾ ਜੀ ਨੇ ਆਪਣਾ ਮੁੱਖ ਆਪ ਹੀ ਕਾਲਾ ਕਰ ਲਿਆ ਤਵੇ ਦੇ ਨਾਲ, ਗੱਦੇ ਤੇ ਬਹਿ ਗਏ ਨੇ, ਹਾਸੋ ਹੀ ਨਹੀਂ
ਹਾਲਤ ਬਣਾ ਕੇ ਅੱਗੇ ਅੱਗੇ ਢੋਲ ਵੱਜਦੇ ਨੇ ਤੇ ਦਰਬਾਰ ਸਾਹਿਬ ਆ ਗਏ ਨੇ ਅੰਮ੍ਰਿਤਸਰ ਲਾਹੌਰ ਤੋਂ ਚੱਲ ਕੇ। ਮਹਾਰਾਜ ਨੇ ਪੁੱਛਿਆ ਬਾਬਾ ਬੁੱਢਾ ਜੀ ਇਹ ਕੌਣ ਆ ਰਹੇ ਨੇ? ਮਹਾਰਾਜ ਜੀ ਭਾਈ ਲੱਦਾ ਜੀ ਆ ਰਹੇ ਨੇ ਪਰਉਪਕਾਰੀ। ਜਦੋਂ ਸਾਰੀ ਗੱਲ ਦੱਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਅੱਗੇ ਹੋ ਕੇ ਲੈਣ ਵਾਸਤੇ ਗਏ ਤੇ ਨਾਲੇ ਇਹ ਕਿਹਾ ਲੱਦਾ ਜੀ ਤੁਸੀਂ ਕਿਉਂ ਆਏ? ਤੁਸੀਂ ਤੇ ਉੱਥੋਂ ਹੀ ਕਹਿ ਦਿੰਦੇ। ਪਿਆਰਿਓ ਇੰਨਾ ਵੱਡਾ ਸਤਿਕਾਰ ਹੁੰਦਾ ਸਾਧੂ ਸੰਤ ਮਹਾਤਮਾ ਦਾ, ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਇੰਨਾ ਸਤਿਕਾਰ ਕਰਦੇ ਨੇ ਬੰਦਗੀ ਵਾਲੇ ਦਾ, ਗੁਰਸਿੱਖ ਦਾ, ਸਾਧੂ ਸੰਤ ਮਹਾਤਮਾ ਦਾ, ਤੇ ਅੱਜ ਦੇ ਕਹਿੰਦੇ ਨੇ ਕੋਈ ਸਾਧੂ ਹੈ ਹੀ ਨਹੀਂ, ਕੋਈ ਸੰਤ ਹੈ ਹੀ ਨਹੀਂ, ਕੋਈ ਹੈ ਹੀ ਨਹੀਂ, ਬਸ ਤੁਸੀਂ ਰਹਿ ਗਏ ਹੋ, ਬਾਕੀ ਤੇ ਹੈ ਹੀ ਨਹੀਂ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਬਸ ਤੁਸੀਂ ਰਹਿ ਗਏ ਤੇ ਉਹ ਗੱਲ ਹੈ, ਭਾਈ ਗੁਰਦਾਸ ਜੀ ਲਿਖਦੇ ਨੇ ਗੱਡਾ ਜਾਂਦਾ ਤੇ ਗੱਡੇ ਦੀ ਮੌਣ, ਦੋ ਟਾਇਰਾਂ ਦੇ ਵਿਚਕਾਰ ਮੌਣ, ਮੌਣ ਤੇ ਬੈਠੀ ਮੱਖੀ ਤੇ ਮੱਖੀ ਬੜੀ ਖੁਸ਼, ਬੜੀ ਖੁਸ਼, ਕਹਿਣ ਲਈ ਮੈਂ ਧੂੜਾਂ ਉਡਾਈ ਜਾ ਰਹੀ ਹਾਂ ਧੂੜਾ। ਹੁਣ ਮੱਖੀ ਨੂੰ ਕੌਣ ਸਮਝਾਵੇ, ਭਲੀਏ ਭੈਣੇ ਤੂੰ ਗੱਡਾ ਨਹੀਂ ਚਲਾ ਰਹੀ, ਧੂੜਾਂ ਤੇ ਗੱਡੇ ਨੇ ਪੱਟੀਆਂ ਨੇ, ਤੂੰ ਤੇ ਆਪ ਗੱਡੇ ਦੇ ਸਹਾਰੇ ਹੈ। ਥੋੜ੍ਹਾ ਜਿਹਾ ਮਾਣ ਸਤਿਕਾਰ ਮਿਲੇ ਤੇ ਬੰਦਾ ਕਹਿੰਦਾ ਮਾ ਸੁਣ ਮੈਂ ਹੀ ਹਾਂ, ਉਹ ਭਲਿਆ ਤੂੰ ਨਹੀਂ, ਤੂੰ ਤੇ ਗੁਰੂ, ਗੁਰੂ ਕਰਕੇ ਸਿੱਖ ਹੈ, ਸਿੱਖ ਕਰਕੇ ਗੁਰੂ ਨਹੀਂ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਪਿਆਰਿਓ ਇਹ ਬਹੁਤ ਵੱਡੀ ਵਿਚਾਰ ਫਿਰ ਭਾਈ ਲੱਦਾ ਜੀ ਨੇ ਬਖਸ਼ਾਇਆ ਸੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰ ਸਿਉ ਲੈਣ ਮਿਲਾਏ। ਆਹ ਹੁਣ ਆਨੰਦ ਸਾਹਿਬ ਜੀ ਦਾ ਪਾਠ ਤੇ ਅਰਦਾਸ ਹੁਕਮਨਾਮੇ। ਐਸੇ ਪਰ ਉਪਕਾਰੀ ਦਾਸ ਦੇ ਵਿਦਿਆ ਉਸਤਾਦ ਸ੍ਰੀਮਾਨ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਕੋਈ ਕੁਛ ਵੀ ਕਵੇ ਕਿਵੇਂ ਵੀ, ਪਰ ਸਾਧੂ ਸੰਤ ਮਹਾਤਮਾ ਆਪਣਾ ਮਾਰਗ ਨਹੀਂ ਛੱਡਦੇ ਪਿਆਰਿਓ, ਕਿਉਂਕਿ ਪਰ ਉਪਕਾਰ ਗੁਰੂ ਸਾਹਿਬ ਦੀ ਕਿਰਪਾ। ਦੇਖੋ ਕਈ ਸਾਲਾਂ ਤੋਂ ਪਤਾ ਹੀ ਨਹੀਂ ਕਿੰਨੇ ਕੁ ਇੱਥੋਂ ਵਿਦਿਆਰਥੀ ਤਿਆਰ ਹੋ ਕੇ ਜਗ੍ਹਾ ਜਗ੍ਹਾ 'ਤੇ ਜਾ ਕੇ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਦਾ ਪ੍ਰਚਾਰ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਕਰ ਰਹੇ ਨੇ। ਇਹ ਬਹੁਤ ਵੱਡੀ ਦੇਣ ਹੈ। ਔਰ ਕੱਲ੍ਹ ਨੂੰ ਗਰੀਬ ਬੱਚਿਆਂ ਦੇ ਜੋ ਆਨੰਦ ਕਾਰਜ ਹੋਣੇ ਨੇ 10 ਵਜੇ ਸ਼ੁਰੂ ਹੋ ਜਾਣਾ ਹੈ, ਦੀਵਾਨ 2 ਵਜੇ ਸਮਾਪਤੀ ਹੈ। ਤੁਸੀਂ ਆਪ ਵੀ ਆਉਣਾ ਅਤੇ ਪਰਿਵਾਰਾਂ ਨੂੰ ਲੈ ਕੇ, ਕਿਉਂਕਿ ਕੱਲ੍ਹ ਦਾ ਜੋ ਸਮਾਗਮ ਹੈ ਉਹ ਦੇਖਣ ਵਾਲਾ ਹੈ, ਅਲੌਕਿਕ ਨਜ਼ਾਰਾ। ਇੱਕ ਵਾਰ ਫਿਰ ਸਭ ਸੰਗਤਾਂ ਦਾ ਧੰਨਵਾਦ। ਮਹਾਂਪੁਰਖਾਂ ਵੱਲੋਂ ਇੱਕ ਜ਼ਰੂਰੀ ਬੇਨਤੀ ਹੈ ਭਾਈ ਕਿ ਜੋ ਸੰਗਤਾਂ ਸ੍ਰੀ ਸਹਿਜ ਪਾਠ ਸਾਹਿਬ ਕਰ ਸਕਦੇ ਨੇ, ਪੜ੍ਹਦੇ ਨੇ, ਪੋਥੀ ਸਾਹਿਬ ਦੀ ਜ਼ਰੂਰਤ ਹੈ, ਜਿਨ੍ਹਾਂ ਜਿਨ੍ਹਾਂ ਨੂੰ ਪੋਥੀ ਸਾਹਿਬ ਚਾਹੀਦੀ ਹੋਵੇ ਉਹ ਬਾਹਰ ਆਪਣੇ ਮਹਾਂਪੁਰਖਾਂ ਦੇ ਜੋ ਵਿਦਿਆਰਥੀ ਨੇ ਭਾਈ ਸੁਖਦੇਵ ਸਿੰਘ ਜੀ ਸੇਖੋਂ ਔਰ ਭਾਈ ਮਨਦੀਪ ਸਿੰਘ ਜੀ ਸੁਲਤਾਨਪੁਰ ਤੋਂ, ਉਹ ਆਪਣੀ ਪੂਰੀ ਟੀਮ ਦੇ ਨਾਲ ਜਥੇ ਨਾਲ ਪਹੁੰਚੇ ਨੇ, ਨਾਮ ਲਿਖਵਾ ਕੇ, ਕੋਈ ਭੇਟਾ ਨਹੀਂ, ਫ੍ਰੀ ਸੇਵਾ। ਗੁਰਬਾਣੀ ਦੀਆਂ ਸੰਚੀਆਂ ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਕਰਨੇ ਹੋਣ, ਕਈ ਬਹੁਤ ਸੰਗਤਾਂ ਨੇ ਨਾਮ ਲਿਖਵਾਏ ਨੇ ਅੱਜ ਵੀ ਕਈ ਪਰਿਵਾਰਾਂ ਨੇ, ਇਹ ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਪੋਥੀ ਹੋਵੇਗੀ, ਅਸੀਂ ਪੜ੍ਹਾਂਗੇ, ਸਾਨੂੰ ਵੇਖ ਕੇ ਸਾਡੇ ਬੱਚੇ ਵੀ ਪੜ੍ਹਨਗੇ, ਬੱਚੇ ਵੀ ਜੁੜਨਗੇ। ਘਰ ਦੇ ਵਿੱਚ ਇੱਕ ਕੋਨੇ 'ਚ ਤੁਸੀਂ ਅਗਰਬੱਤੀ ਲਾ ਦਿਓ, ਪੂਰਾ ਘਰ ਮਹਿਕ ਜਾਂਦਾ। ਘਰ ਦੇ ਇੱਕ ਕੋਨੇ 'ਚ ਬਹਿ ਕੇ ਜੇ ਆਪਾਂ ਬਾਣੀ ਪੜ੍ਹਾਂਗੇ ਤੇ ਉਹਦੀ ਬਰਕਤ ਸਾਰੇ ਪਰਿਵਾਰ ਦੇ ਉੱਤੇ ਵਰਤਦੀ ਹੈ। ਗੱਜ ਕੇ ਆਖੋ ਸਤਨਾਮ ਗੁਰਬਾਣੀ। ਅਤੇ ਇਹ ਬੇਨਤੀ ਹੈ ਜ਼ਰੂਰ ਆਪ ਜੀ ਨੇ ਪੋਥੀ ਸਾਹਿਬ ਲੈਣੀ ਹੈ। ਅਤਿ ਸਤਿਕਾਰਯੋਗ ਦਾਸ ਦੇ ਗੁਰ ਭਾਈ ਭਾਈ ਚੰਨਪ੍ਰੀਤ ਸਿੰਘ ਜੀ ਜੋ ਆਪਣੇ ਪੂਰੇ ਜਥੇ ਦੇ ਨਾਲ ਪੱਟੀ ਤੋਂ ਚੱਲ ਕੇ ਪਹੁੰਚੇ ਨੇ, ਦਾਸਾਂ ਨਾਲ ਬਹੁਤ ਪ੍ਰੇਮ ਹੈ, ਉਹਨਾਂ ਦਾ ਵੀ ਧੰਨਵਾਦ। ਹੋਰ ਵੀ ਸਾਰੇ ਪ੍ਰਬੰਧਿਤ ਸੱਜਣ ਪਹੁੰਚੇ ਨੇ, ਬੇਅੰਤ ਸ਼ਖਸੀਅਤਾਂ, ਸਭ ਦਾ ਹੀ ਧੰਨਵਾਦ। ਤੁਸੀਂ ਕਹੋਗੇ ਵੀ ਬਾਬੇ ਨੂੰ ਤਾਂ 10-15 ਮਿੰਟ ਦਿੱਤੇ ਸਨ ਟਾਈਮ। ਇਹ ਪਿਆਰਿਓ ਇਹ ਸਮਾਂ ਲੇਖੇ 'ਚ ਹੈ। ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਥੀਏਟਰ ਜਾਂਦੇ ਹੋ, ਪਰ ਜਿਹੜੇ ਥੀਏਟਰ ਜਾਂਦੇ ਨੇ 2.5-3 ਘੰਟੇ ਦੀ ਮੂਵੀ ਹੁੰਦੀ ਹੈ, ਮੂਵੀ ਮੁੱਕ ਜਾਂਦੀ ਹੈ, ਨਾ ਮਨ ਅੱਕਦਾ ਅਤੇ ਨਾ ਮਨ ਸਗੋਂ ਮਨ ਇਹ ਕਹਿੰਦਾ ਜਿਹਦੇ ਹੋਰ ਚੱਲਣੀ ਚਾਹੀਦੀ ਹੈ। ਮਾਫ਼ ਕਰਿਓ, ਕਿਸੇ ਦੀ ਵਿਆਹ ਸ਼ਾਦੀ 'ਤੇ ਬੰਦਾ ਜਾਂਦਾ, ਖਾ ਪੀ ਕੇ ਬੰਦਾ ਵਿਹਲਾ ਵੀ ਹੋ ਜਾਂਦਾ ਅਤੇ ਫਿਰ ਵੀ ਵਾਪਸ ਨਹੀਂ ਮੁੜਦਾ, ਕਹਿੰਦਾ ਐਡਾ ਨਜ਼ਾਰਾ ਕਿਉਂ ਛੱਡਣਾ, ਹੋਰ ਲਾਹਾ ਲੈ ਲਓ। ਗੱਜ ਕੇ ਆਖੋ ਸਤਨਾਮ। ਇੱਥੇ ਕਈ ਵਾਰ ਮਨ ਅੱਕ ਜਾਂਦਾ, ਕਈ ਵਾਰ ਘਰ ਦੇ ਵਿੱਚ ਬੱਚੇ ਦੀ ਸ਼ਾਦੀ ਹੋਵੇ ਨਾ
ਤੇ ਡੀਜੇ ਵਾਲਾ ਕਹਿੰਦਾ ਭਰਾਵੋ ਮੈਨੂੰ ਜਾਣ ਦਿਓ 10 ਵੱਜ ਗਏ ਗਿਆ ਨਹੀਂ ਇੱਕ ਗਾਣਾ ਹੋਰ ਨਹੀਂ 5 ਮਿੰਟ ਹੋਰ ਤੇ ਪਿਆਰੇ ਉਹ ਕਹਿੰਦਾ ਮੈਨੂੰ ਜਾਣ ਦਿਓ ਨਹੀਂ ਹੋਰ ਤੇ ਕਈ ਵਾਰ ਇੱਥੇ ਮਨ ਹੋ ਜਾਂਦਾ ਪਰ ਤੁਸੀਂ ਜਿੰਨੇ ਬੈਠੇ ਹੋ ਗੁਰੂ ਦੀ ਬਖਸ਼ਿਸ਼ ਵਾਲੇ ਬੈਠੇ ਹੋ ਗੁਰੂ ਦੇ ਪਿਆਰ ਵਾਲੇ ਬੈਠੇ ਹੋ ਜਿਹੜਾ ਤੁਹਾਡਾ ਨੇਮ ਤੇ ਪ੍ਰੇਮ ਹੈ ਇਹਦੀ ਕੋਈ ਕੀਮਤ ਨਹੀਂ ਗੱਜ ਕੇ ਆਖੋ ਸਤਨਾਮ ਤੇ ਜਿਹੜਾ ਸਮਾਂ ਤੁਸੀਂ ਇੱਥੇ ਲਾ ਰਹੇ ਹੋ ਨਾ ਮਹਾਂਪੁਰਖਾਂ ਦਾ ਇੱਕੋ ਹੀ ਬਚਨ ਹੈ ਵੀ ਬੇਟਾ ਇੱਕ ਤਿਲ ਨੀ ਭੰਨੇ ਜਿੰਨੇ ਭਾਵ ਨਾਲ ਇੱਕ ਵਾਰ ਵਾਹਿਗੁਰੂ ਵੀ ਕਿਹਾ ਨਾ ਉਹਨੂੰ ਵੀ ਫਲ ਮਿਲਣਾ ਜਗਤ ਮਜੂਰੀ ਦੇਤਾ ਕਿਉਂ ਰਾਖੇ ਭਗਵਾਨ ਨਾਲੇ 365 ਦਿਨ ਸਾਡੇ ਨੇ ਤੇ 5 ਦਿਨ ਗੁਰੂ ਨਾਨਕ ਸਾਹਿਬ ਦੇ ਲੇਖੇ ਆਪਣੇ ਲਾ ਜਾਂਦੇ ਨੇ ਪਿਆਰੇ ਲੱਗ ਗਏ ਨੇ ਇੱਕ ਦਿਨ ਹੀ ਕੱਲ ਦਾ ਰਹਿ ਗਿਆ ਸਾਰੇ ਸੇਵਾਦਾਰਾਂ ਦਾ ਧੰਨਵਾਦ ਵੇਖੋ ਆਪਾਂ ਤੇ ਲੋਕਲ ਵਾਂ ਅਸੀਂ ਤੇ ਹੁਣ ਜਾ ਕੇ ਸੌਂ ਵੀ ਜਾਣਾ ਦਿਨੇ ਆਪਣੇ ਕੰਮ ਕਾਰ ਵੀ ਕੀਤੇ ਨੇ ਯੂਪੀ ਤੋਂ ਸੰਗਤਾਂ ਆਈਆਂ ਨੇ 5 ਦਿਨ ਹੋ ਗਏ ਨੇ ਸਾਰੇ ਪਰਿਵਾਰਾਂ ਸਮੇਤ ਆਏ ਨੇ ਕੰਮ ਕਾਰ ਕਿਵੇਂ ਚੱਲਦੇ ਕੋਈ ਗੱਲ ਹੀ ਨਹੀਂ ਗੁਰੂ ਦੀ ਸੇਵਾ ਗੁਰੂ ਦੇ ਲੇਖੇ ਜੋੜਾ ਘਰ ਦੇ ਵਿੱਚ ਨੇਪੜੇ ਤੋਂ ਸੰਗਤਾਂ ਆਈਆਂ ਨੇ ਜੋੜੇ ਘਰ ਦੀ ਸੇਵਾ ਪਿਆਰਿਓ ਆਪਾਂ ਤੇ ਬਹਿ ਕੇ ਲਾਹਾ ਹੀ ਲੈਣਾ ਤੇ ਆ ਜਿਹੜੇ ਮੂਵੀ ਵਾਲੇ ਵੀਰ ਨੇ ਨੌਜਵਾਨ ਵੀਰ ਵੇਖੋ ਕਿੰਨੇ ਪਿਆਰ ਨਾਲ ਸੁਣ ਰਹੇ ਨੇ ਕਿੰਨਾ ਪ੍ਰੇਮ ਤੇ ਭਾਵਨਾ ਇਹ ਗੁਰੂ ਦੀ ਕਿਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਤੇ ਅਰਦਾਸ ਕਰਿਓ ਇਹ ਕਿਰਪਾ ਬਣੀ ਰਵੇ ਮਹਾਂਪੁਰਖ ਤੰਦਰੁਸਤ ਤੇ ਚੜ੍ਹਦੀ ਕਲਾ ਤੇ ਲੰਬੀ ਆਰਜੂ ਇਹ ਸਮਾਗਮ ਚੱਲਦੇ ਰਹਿਣ ਮਹਾਂਪੁਰਖ ਉਪਰਾਲੇ ਕਰਦੇ ਰਹਿਣ ਤੇ ਗੁਰੂ ਦੀ ਕਿਰਪਾ ਤੇ ਅਸੀਂ ਤੁਸੀਂ ਸਾਰੇ ਉਹਨਾਂ ਦਾ ਸਹਿਯੋਗ ਦਈਏ ਤੇ ਆਪਾਂ ਝੋਲੀਆਂ ਭਰਦੇ ਰਹੀਏ ਤੇ ਆ ਪੜੋ ਤੇ ਆਨੰਦ ਸਾਹਿਬ ਜੀ ਦਾ ਪਾਠ ਬਸ ਸਮਾਪਤੀ ਧੰਨ ਭਾਈ ਲੱਦਾ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ 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 ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੀ ਜਨ ਪਰ ਉਪਕਾਰੀ ਪਰ ਉਪਕਾਰੀ ਆਏ ਤੇਰੀ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਵਾਹਿਗੁਰੂ ਰਾਮ ਕਲੇ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਜਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਇਸਦਾਰ ਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਹੋ ਅੰਗੀਕਾਰ ਹੋ ਕਰੀ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ
साहिब क्या नहीं कर तेरे करता तेरे सब किश है जिसने सो पावे सदा सिबत सलाह तेरे नाम मन वसावे नाम जिनके मन वसिया बजे सबद कनेरे कह नानक सचे साहिब क्या नहीं कर तेरे सच नाम दारो सच नाम आधार मेरा जिन दुखा सब गवाया कर शांत सुख मन आए वसिया जिन इच्छा सब पजाया सदा गुरबान किता गुरबित हो जिसदियां ए वडियाया कह नानक सुनो संतो शब्द तरो प्यारो साचा नाम मेरा आधारो वजे पंज सबद तद कार सपागे कार सपागे शब्द वाजे कला जित कर तारिया पंज दूत पुनवास कीते काल कंटक मारिया और कर्म पाया तुद जिन को से नाम हर लागे है नानक तै सुख होवा जित कारि अनहद वाजे आनंद सुनो वट पाकियो सगल मनोरथ पूरे कान ब्रह्म प्रभ पाया करे सगल विसूरे दो करो संता पे उतर सुनी सची पाणी संत साजन पे सरते पूरे गुर ते जाने सुनते पुनी कहते पवित्र संत गुर रहया पर पूरे अंत नानक गुर चरण लागे वाजिया हद तूर सलोक पवन गुरु पानी पिता माता दर्द महात रात दोहदाई गाया मिल सगल जगत चंगे आईया बुरे आईया वाचे धर्म दूर धर्मी आप अपनी तेरे रखे दूर जिनी नाम त्याया गए मसंगत काल नानक दे मुख उजले केती छुट्टी ना बोलो वाहिगुरु जी का वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह फतेह वाहिगुरु जी का खालसा